ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਜ਼ਰ ਹਾਂ ਪ੍ਰਿੰਸ ਮਿਊਜ਼ਿਕ ਅਕੈਡਮੀ ਤੇ ਤੁਹਾਡਾ ਆਪਣਾ ਪ੍ਰਿੰਸ ਇੰਦਰਪ੍ਰੀਤ ਸਿੰਘ, ਕਲਾਸ 3 ਦੇ ਵਿੱਚ। ਪਿਛਲੀ ਕਲਾਸ ਦੇ ਵਿੱਚ ਅਸੀਂ ਸਪਤਕ ਬਾਰੇ ਜਾਣਕਾਰੀ ਹਾਸਲ ਕੀਤੀ ਕਿ ਹਾਰਮੋਨੀਅਮ ਦੇ ਵਿੱਚ ਕੁੱਲ ਕਿੰਨੇ ਸਪਤਕ ਹੁੰਦੇ ਆ, ਮੰਦਰ ਸਪਤਕ, ਮੱਧ ਸਪਤਕ ਤੇ ਤਾਰ ਸਪਤਕ, ਉਹਨਾਂ ਦੀ ਨਿਸ਼ਾਨੀ ਕੀ ਹੁੰਦੀ ਹੈ, 7 ਸੁਰ ਕੀ ਹੁੰਦੇ ਹਨ ਤੇ ਫਿਰ 12 ਸੁਰਾਂ ਦੀ ਪਛਾਣ ਕੀ ਹੁੰਦੀ ਹੈ। ਸੋ ਉਹ ਤੁਹਾਡੇ ਨਾਲ ਸਾਰਿਆਂ ਨਾਲ ਸਾਂਝਾ ਕੀਤਾ। ਅੱਜ ਆਪਾਂ ਇਹਨਾਂ ਸੁਰਾਂ ਦੀ, ਸਪਤਕ ਦੇ ਸੁਰਾਂ ਦੀ ਪ੍ਰੈਕਟਿਸ ਕਰਾਂਗੇ, ਮੱਧ ਸਪਤਕ ਦੇ ਸੁਰਾਂ ਦੀ। ਸੋ ਸਭ ਤੋਂ ਪਹਿਲਾਂ ਜੇ ਤੁਹਾਡੇ ਕੋਲ ਕੋਈ ਘਰੇ ਹਾਰਮੋਨੀਅਮ ਹੈਗਾ ਤਾਂ ਬਹੁਤ ਵਧੀਆ ਗੱਲ ਹੈ, ਕਿਉਂਕਿ ਕੁਛ ਕੁ ਬੱਚੇ, ਹੋ ਸਕਦਾ ਸਾਰੇ ਇੱਦਾਂ ਨਾ ਹੋਣ, ਕੁਛ ਤਾਨਪੁਰੇ ਤੇ ਰਿਆਜ਼ ਕਰਨ ਵਾਲੇ ਹੋਣ, ਪਰ ਜੇ ਤੁਹਾਡੇ ਕੋਲ ਹਾਰਮੋਨੀਅਮ ਹੈਗਾ ਜਿਨ੍ਹਾਂ ਨੂੰ ਸੁਰ ਨਹੀਂ ਲਾਉਣਾ ਆਉਂਦਾ ਤਾਂ ਉਹਨਾਂ ਵਾਸਤੇ ਇਹ ਹਾਰਮੋਨੀਅਮ ਬੈਸਟ ਹੈ। ਪਰ ਜਿਹੜੇ ਤਾਨਪੁਰੇ ਦੇ ਗਾ ਰਹਿੰਦੇ ਆ ਉਹ ਉਦੋਂ ਵੱਡੀ ਕਲਾਸ ਦੇ ਵਿੱਚ ਨੇ, ਉਹਨਾਂ ਨੂੰ ਮੁਬਾਰਕ ਆ। ਪਰ ਜਿਹੜੇ ਇਨੀਸ਼ੀਅਲ ਸਟੇਜ ਦੇ ਉੱਤੇ ਆ, ਹਜੇ ਜਿਨ੍ਹਾਂ ਨੂੰ ਸੁਰ ਬਾਰੇ ਨਹੀਂ ਪਤਾ, ਉਹ ਸਿੱਖਣਾ ਸ਼ੁਰੂ ਕੀਤਾ, ਉਹਨਾਂ ਵਾਸਤੇ ਹਾਰਮੋਨੀਅਮ ਬਹੁਤ ਇੰਪੋਰਟੈਂਟ ਆ। ਸੋ ਉਹ ਨੇੜੇ ਤੇੜੇ ਕਿਤੋਂ ਵੀ ਹਾਰਮੋਨੀਅਮ ਆਪਣਾ ਲਿਆ ਕੇ ਉਹਦੇ 'ਤੇ ਪ੍ਰੈਕਟਿਸ ਸਟਾਰਟ ਕਰਨ। ਅੱਜ ਆਪਾਂ ਕੀ ਕਰਾਂਗੇ, ਸਰਗਮ ਲਾਵਾਂਗੇ ਸਿੰਪਲ ਸ਼ੁੱਧ ਸੁਰਾਂ ਵਾਲੀ। ਸੋ ਮੇਰੇ ਨਾਲ ਨਾਲ ਤੁਸੀਂ ਗਾਉਣਾ, ਪਹਿਲਾਂ ਮੈਨੂੰ ਸੁਣਿਓ ਫਿਰ ਨਾਲ ਨਾਲ ਗਾਇਓ, ਮੈਂ 2 ਵਾਰ ਰਿਪੀਟ ਕਰੂੰਗਾ। ਸੁਰ ਨੂੰ ਪਹਿਲਾਂ ਤੁਸੀਂ ਦੇਖੋ, ਵਜਾ ਕੇ ਇਕੱਲੇ ਇਕੱਲੇ ਸੁਰ ਦੇ ਨਾਲ ਆਪਦੀ ਆਵਾਜ਼ ਨੂੰ ਮਿਲਾਉਣਾ। ਜਦੋਂ ਤੁਹਾਨੂੰ ਥੋੜ੍ਹਾ ਜਿਹਾ ਕੌਨਫੀਡੈਂਸ ਆ ਜਾਏ, ਫਿਰ ਤੁਸੀਂ ਸਾ ਤੇ ਪਾ ਨੂੰ ਨੱਪ ਕੇ ਜਗ੍ਹਾ ਨੂੰ, ਸੁਰ ਦੀ ਨੂੰ ਸਮਝ ਕੇ ਕਿ ਰੇ ਕਿੱਥੇ ਹੈ, ਗਾ ਕਿੱਥੇ ਹੈ, ਮਾਂ ਕਿੱਥੇ ਹੈ, ਧਾ ਕਿੱਥੇ ਹੈ। ਸੋ ਸਾਰੇ ਸੁਰਾਂ ਦੀ ਜਗ੍ਹਾਵਾਂ ਨੂੰ ਸਮਝ ਕੇ, ਸੁਰ ਨੂੰ ਸਮਝ ਕੇ ਫਿਰ ਤੁਸੀਂ ਸਾ ਪਾ ਨੱਪ ਕੇ, ਵੀ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਮੈਂ ਵਿੱਚੋਂ ਸਾ ਤੇ ਪਾ ਨੂੰ ਨੱਪ ਕੇ ਪ੍ਰੈਸ ਕਰਕੇ ਸਿਰਫ 2 ਸੁਰ, ਬਾਕੀ ਆਈਡੀਏ ਦੇ ਨਾਲ ਉਹ ਸੁਰਾਂ ਨੂੰ ਆਪਦੇ ਮਨ ਦੇ ਨਾਲ, ਖਿਆਲ ਦੇ ਨਾਲ ਐਗਜੈਕਟ ਉਹਦੀ ਪੋਜੀਸ਼ਨ 'ਤੇ ਲਾ ਰਿਹਾ ਸੀ। ਸੋ ਹੁਣ ਆਪਾਂ ਕੁਛ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾ ਗਾ ਪਾ ਨੀ ਸਾ, ਆਪਾਂ ਇਹ ਕਰਦੇ ਹਾਂ, ਠੀਕ ਹੈ। ਸਾ ਸਾਗਾ
ਪਾਨੀ ਸਾਨੀ ਪਾਗਾ ਸਾ। ਇਸ ਤਰੀਕੇ ਨਾਲ ਪਹਿਲਾਂ ਮੈਂ ਸੁਰ ਲਾ ਕੇ ਪ੍ਰੈਕਟਿਸ ਕੀਤੀ ਸੀ, ਫਿਰ ਮੈਂ ਤਾਨਪੁਰੇ ਦੀ ਵੀ ਪ੍ਰੈਕਟਿਸ ਕੀਤੀ ਸੀ, ਹੁਣ ਤੇਜ਼ ਗਾਇਆ ਫਿਰ ਸੁਰ ਲਾ ਕੇ ਕੀਤੀ ਹੈ। ਸੋ ਤੁਸੀਂ ਜਿਵੇਂ ਜਿਵੇਂ ਕੰਫਰਟੇਬਲ ਹੁੰਦੇ ਜਾਓਗੇ, ਤੁਹਾਡੇ ਜ਼ਿਹਨ ਦੇ ਵਿੱਚ ਦਿਮਾਗ ਦੇ ਵਿੱਚ ਜਦੋਂ ਸੁਰ ਬੈਠਣੇ ਸ਼ੁਰੂ ਹੋ ਜਾਣਗੇ, ਤਾਂ ਤੁਸੀਂ ਬਿਨਾਂ ਸੁਰ ਪ੍ਰੈਸ ਕੀਤੇ ਤੋਂ ਤਾਨਪੁਰਾ ਬਣਾ ਕੇ ਵੀ ਸਾ ਤੇ ਪਾ ਪ੍ਰੈਸ ਕਰਕੇ ਵੀ ਗਾ ਸਕਦੇ ਹੋ। ਠੀਕ ਹੈ, ਹੁਣ ਆਪਾਂ ਕਰਦੇ ਹਾਂ ਸਾ ਰੇ ਮਾ ਧਾ ਸਾ, ਸਾ ਧਾ ਮਾ ਰੇ ਸਾ। ਇੱਕ ਗੱਲ ਹੋਰ ਤੁਹਾਨੂੰ ਇੱਥੇ ਮੈਂ ਸਾਂਝੀ ਕਰਦਿਆਂ ਤੁਹਾਡੇ ਨਾਲ, ਜਦੋਂ ਆਪਾਂ ਹੇਠਾਂ ਤੋਂ ਉੱਪਰ ਵੱਲ ਜਾਂਦੇ ਹਾਂ ਉਹਨੂੰ ਕਹਿੰਦੇ ਆ ਅਰੋਹ, ਅਤੇ ਜਦੋਂ ਉੱਪਰੋਂ ਨੂੰ ਵਾਪਸ ਆਉਂਦੇ ਹਾਂ ਉਹ ਕਹਿੰਦੇ ਆ ਅਵਰੋਹ, ਅਰੋਹ ਅਵਰੋਹ। ਠੀਕ ਹੈ, ਇਸ ਗੱਲ ਦਾ ਪਹਿਲਾਂ ਹੁਣ ਆਪਾਂ ਅਰੋਹ ਲਾਉਣ ਲੱਗੇ ਹਾਂ। ਸਾ ਰੇ ਮਾ ਧਾ ਸਾ ਸਾ ਗਾਉਂਦੇ ਗਾਉਂਦੇ ਇਹ ਸਮਝ ਲੱਗਣ ਲੱਗ ਪਏ ਵੀ ਤੁਹਾਡਾ ਸੁਰ ਕਿਤੇ ਠੀਕ ਨਹੀਂ ਲੱਗ ਰਿਹਾ, ਕੁਛ ਗੜਬੜ ਹੋ ਰਿਹਾ, ਲਾਈਕ ਤੁਹਾਨੂੰ ਲੱਗੇ ਵੀ ਮੈਂ ਗਲਤ ਗਾ ਰਿਹਾ, ਤਾਂ ਤੁਸੀਂ ਖੁਸ਼ ਹੋਣਾ ਨਾ ਕਿ ਨਿਰਾਸ਼ ਹੋਣਾ, ਕਿਉਂਕਿ ਤੁਸੀਂ ਇਸ ਗੱਲ ਦੀ ਖੁਸ਼ੀ ਮਨਾਉਣੀ ਹੈ ਕਿ ਤੁਹਾਨੂੰ ਸਮਝ ਲੱਗਣੀ ਸ਼ੁਰੂ ਹੋ ਗਈ, ਤੁਹਾਨੂੰ ਸੁਰ ਗਿਆਨ ਹੋਣਾ ਸ਼ੁਰੂ ਹੋ ਗਿਆ ਕਿ ਸੁਰ ਤੁਸੀਂ ਗਲਤ ਲਾ ਰਹੇ ਹੋ ਕਿ ਠੀਕ ਲਾ ਰਹੇ ਹੋ। ਸੋ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ, ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਚੈਨਲ ਨੂੰ ਫੋਲੋ ਕਰ ਲਓ, ਸਬਸਕ੍ਰਾਈਬ ਕਰ ਲਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।